Good morning, dear students. How are you all? Hope you all are good. Today we will start book activities of class number 2, trains. So let's start. Post reading, vocabulary expansion. Trains are a very important means of land transport in India. ਜਿਹੜੀਆਂ ਰੇਲ ਹੈਗੀਆਂ ਟ੍ਰੇਨ ਹੈਗੀਆਂ ਉਹ ਲੈਂਡ ਟਰਾਂਸਪੋਰਟ ਦਾ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਾਧਨ ਹਨ ਇੰਡੀਆ ਹੈਜ਼ ਅ ਲਾਰਜ ਨੈਟਵਰਕ ਆਫ ਟ੍ਰੇਨਸ ਅਤੇ ਭਾਰਤ ਦੇ ਵਿੱਚ ਬਹੁਤ ਵੱਡਾ ਟ੍ਰੇਨਸ ਦਾ ਨੈਟਵਰਕ ਹੈਗਾ ਐਕਟੀਵਿਟੀ 2 'ਤੇ ਆ ਜਾਓ ਗਿਵਨ ਬਿਲੋ ਆਰ ਸਮ ਮੋਰ ਮੀਨਸ ਆਫ ਟਰਾਂਸਪੋਰਟ ਪੁੱਟ ਦੈਮ ਅੰਡਰ ਦਾ ਰਾਈਟ ਬੋਕਸ ਹਾਂਜੀ ਨੀਚੇ ਆਹ ਤਿੰਨ ਬੋਕਸ ਦਿੱਤੇ ਹੋਏ ਆ ਲੈਂਡ ਸਕਾਈ ਐਂਡ ਵਾਟਰ ਇਹਨਾਂ ਦੇ ਵਿੱਚ ਤੁਸੀਂ ਉੱਪਰ ਵਾਲੇ ਬੋਕਸ 'ਚੋਂ ਦੇਖ ਕੇ ਲੈਂਡ ਵਾਲੇ ਲੈਂਡ 'ਚ ਫਿਲ ਕਰ ਦੇਣੇ ਆ ਸਕਾਈ ਵਾਲੇ ਸਕਾਈ 'ਚ ਅਤੇ ਵਾਟਰ ਵਾਲੇ ਵਾਟਰ 'ਚ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਦੇਖ ਲੈਂਦੇ ਕਿ ਲੈਂਡ ਵਾਲੀ ਸਾਈਡ 'ਤੇ ਕਿਹੜੇ ਕਿਹੜੇ ਆਉਣੇ ਆ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਲੈਂਡ ਟਰਾਂਸਪੋਰਟ ਠੀਕ ਹੈ ਲੈਂਡ ਦੇ ਵਿੱਚ ਕੀ ਆਏਗਾ ਇੱਕ ਤਾਂ ਕਾਰ ਬੱਸ ਸਕੂਟਰ ਆਟੋ ਟ੍ਰੇਨ ਜੀਪ ਬਾਈਸਾਈਕਲ ਠੀਕ ਹੈ ਇਹ ਸਾਰੇ ਕਿਹੜੇ ਹੈਗੇ ਲੈਂਡ ਟਰਾਂਸਪੋਰਟ ਆ ਗਏ ਜਿਹੜੇ ਕਿ ਲੈਂਡ 'ਤੇ ਚੱਲਦੇ ਆ ਓਕੇ ਨੈਕਸਟ ਆ ਗਿਆ ਤੁਸੀਂ ਸਕਾਈ ਹਾਂਜੀ ਸਕਾਈ ਦੇ ਵਿੱਚ ਕਿਹੜੇ ਕਿਹੜੇ ਚੱਲਦੇ ਆ ਐਰੋਪਲੇਨ ਐਂਡ ਹੈਲੀਕਾਪਟਰ ਠੀਕ ਹੈ ਨੈਕਸਟ ਇਜ਼ ਵਾਟਰ ਹਾਂਜੀ ਵਾਟਰ 'ਚ ਕਿਹੜੇ ਕਿਹੜੇ ਚੱਲਦੇ ਆ ਬੋਟ ਸ਼ਿਪ ਸਬਮੈਰੀਨ ਠੀਕ ਹੈ ਸਬਮੈਰੀਨ ਹੈ ਪਨਡੁੱਬੀ ਠੀਕ ਹੈ ਸੋ ਇਹ ਤਿੰਨੇ ਤੁਸੀਂ ਅਲੱਗ ਅਲੱਗ ਕੋਲਮਸ ਦੇ ਵਿੱਚ ਫਿਲ ਕਰ ਦੇਣੇ ਠੀਕ ਹੈ ਨੈਕਸਟ ਆ ਗਿਆ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ ਐਕਟੀਵਿਟੀ 3 ਰਾਈਟ ਆਨਸਰਸ ਟੂ ਦਾ ਫੋਲੋਇੰਗ ਕੁਸ਼ਚਨਸ ਹਾਂਜੀ ਉਹਨਾਂ ਨੀਚੇ ਕੁਸ਼ਚਨਸ ਲਿਖੇ ਹੋਏ ਆ ਇਹਨਾਂ ਦੇ ਤੁਸੀਂ ਆਨਸਰਸ ਲਿਖਣੇ ਆ ਹਾਂਜੀ ਕੁਸ਼ਚਨ ਨੰਬਰ 1 ਵਾਟ ਪਲੇਸਿਸ ਡੂ ਦਾ ਟ੍ਰੇਨਸ ਗੋ ਹਾਂਜੀ ਟ੍ਰੇਨਸ ਕਿਹੜੀਆਂ ਕਿਹੜੀਆਂ ਜਗ੍ਹਾ 'ਤੇ ਚੱਲਦੀਆਂ ਆਨਸਰ ਟ੍ਰੇਨਸ ਗੋ ਟੂ ਦਾ ਮਾਊਂਟੇਨਸ ਪਲੇਨਸ ਐਂਡ ਰਿਵਰਸ ਠੀਕ ਹੈ ਕਿੱਥੇ ਕਿੱਥੇ ਚੱਲਦੀਆਂ ਮਾਊਂਟੇਨਸ 'ਤੇ ਪਲੇਨਸ 'ਤੇ ਰਿਵਰਸ 'ਤੇ ਠੀਕ ਹੈ ਪਹਾੜੀਆਂ 'ਤੇ ਮੈਦਾਨਾਂ 'ਤੇ ਨਦੀਆਂ 'ਤੇ ਕੁਸ਼ਚਨ ਨੰਬਰ 2 ਵਟ ਡੂ ਦੇ ਕੈਰੀ ਹਾਂਜੀ ਉਹ ਕੀ ਕੁਛ ਲੈ ਕੇ ਜਾਂਦੀਆਂ ਆਨਸਰ ਦੇ ਕੈਰੀ ਪੈਸੈਂਜਰਸ ਲੋਡਸ ਐਂਡ ਮੇਲਸ ਠੀਕ ਹੈ ਅਤੇ ਉਹ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਸਮਾਨ ਲੈ ਕੇ ਜਾਂਦੀਆਂ ਅਤੇ ਮੇਲ ਲੈ ਕੇ ਜਾਂਦੀਆਂ ਡਾਕ ਲੈ ਕੇ ਜਾਂਦੀਆਂ ਠੀਕ ਹੈ ਕੁਸ਼ਚਨ ਨੰਬਰ 3 ਵਾਈ ਡਸ ਦਾ ਪੋਇਟ ਕਾਲ ਪੈਸੈਂਜਰਸ ਐਂਡ ਮੇਲ ਐਜ ਪ੍ਰੀਸ਼ੀਅਸ ਲੋਡਸ ਪੋਇਟ ਨੇ ਪੈਸੈਂਜਰਸ ਨੂੰ ਅਤੇ ਮੇਲ ਨੂੰ ਕੀਮਤੀ ਲੋਡ ਕਿਉਂ ਕਿਹਾ ਆ ਆਨਸਰ ਬਿਕੋਜ਼ ਇਟ ਇਜ਼ ਦਾ ਮੇਨ ਪਰਪਸ ਆਫ ਦਾ ਟ੍ਰੇਨਸ ਟੂ ਕੈਰੀ ਪੈਸੈਂਜਰਸ ਐਂਡ ਮੇਲ ਕਿਉਂਕਿ ਟ੍ਰੇਨਸ ਦਾ ਇਹ ਮੇਨ ਕੰਮ ਹੁੰਦਾ ਪੈਸੈਂਜਰਸ ਨੂੰ ਅਤੇ ਮੇਲ ਨੂੰ ਲੈ ਕੇ ਜਾਣਾ ਨੰਬਰ 4 ਵਾਟ ਆਰ ਫਰੀਟ ਕਾਰਸ ਹਾਂਜੀ ਫਰੀਟ ਕਾਰਸ ਕੀ ਹੁੰਦੀਆਂ ਮਾਲ ਗੱਡੀਆਂ ਕੀ ਹੁੰਦੀਆਂ ਆਨਸਰ ਫਰੀਟ ਕਾਰਸ ਆਰ ਦਾ ਵਹੀਕਲਸ ਦੈਟ ਕੈਰੀ ਗੁੱਡਸ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਹਾਂਜੀ ਜਿਹੜੀਆਂ ਫਰੀਟ ਕਾਰਸ ਹੁੰਦੀਆਂ ਉਹ ਵੀ ਇੱਕ ਤਰ੍ਹਾਂ ਦੇ ਵਹੀਕਲਸ ਹੀ ਹੁੰਦੇ ਆ ਜਿਹੜੇ ਕਿ ਚੀਜ਼ਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਂਦੇ ਆ ਹਾਂਜੀ ਨੈਕਸਟ ਇਜ਼ ਐਕਟੀਵਿਟੀ 4 ਹਾਂਜੀ ਹੁਣ ਐਕਟੀਵਿਟੀ 4 ਦੇ ਵਿੱਚ ਵੀ ਤੁਹਾਨੂੰ ਕੁਸ਼ਚਨਸ ਦਿੱਤੇ ਹੋਏ ਆ ਉਹਨਾਂ ਦੇ ਤੁਸੀਂ ਆਨਸਰਸ ਦੇਣੇ ਆ ਥਰੂ ਡੇ ਐਂਡ ਡਾਰਕਨੈਸ ਵਟ ਡੂ ਦਾ ਵਰਬ ਲਾਈਨਸ ਰੈਫਰ ਟੂ ਹਾਂਜੀ ਹੁਣ ਇੱਥੇ ਡੇ ਐਂਡ ਡਾਰਕਨੈਸ ਦਾ ਮਤਲਬ ਕੀ ਆ ਇਹਦਾ ਆਨਸਰ ਲਿਖੋ ਅ ਵਰਬ ਲਾਈਨਸ ਰੈਫਰ ਟੂ ਦਾ ਕੰਟੀਨਿਊਸ ਵਰਕਿੰਗ ਆਫ ਦਾ ਟ੍ਰੇਨਸ ਠੀਕ ਹੈ ਥਰੂ ਡੇ ਐਂਡ ਡਾਰਕਨੈਸ ਦਾ ਮਤਲਬ ਕਿ ਜਿਹੜੀਆਂ ਟ੍ਰੇਨਸ ਹੈਗੀਆਂ ਉਹ ਲਗਾਤਾਰ ਕੰਮ ਕਰਦੀਆਂ ਜਾਂ ਲਗਾਤਾਰ ਚੱਲਦੀਆਂ ਆ ਕੁਸ਼ਚਨ ਨੰਬਰ 2 ਵਟ ਡੂ ਡੇ ਐਂਡ ਡਾਰਕਨੈਸ ਐਂਡ ਡਸਕ ਐਂਡ ਡੋਨ ਇਨ ਦਾ ਪੋਇਮ ਟੈਲ ਦਾ ਰੀਡਰਸ ਡੇ ਐਂਡ ਡਾਰਕਨੈਸ ਅਤੇ ਡਸਕ ਐਂਡ ਡੋਨ ਜਿਹੜਾ ਆ ਪੋਇਮ ਦੇ ਵਿੱਚ ਰੀਡਰਸ ਨੂੰ ਕੀ ਦੱਸਦਾ ਆ ਹਾਂਜੀ ਹੁਣ ਡੇ ਐਂਡ ਡਾਰਕਨੈਸ ਜਾਂ ਡਸਕ ਐਂਡ ਡੋਨ ਜਿਹੜੇ ਆ ਵਰਡਸ ਇਹਨਾਂ ਤੋਂ ਪੋਇਟ ਕੀ ਦੱਸਣਾ ਚਾਹੁੰਦਾ ਆ ਰੀਡਰਸ ਨੂੰ ਡੇ ਐਂਡ ਡਾਰਕਨੈਸ ਰੈਫਰ ਟੂ ਡੇ ਐਂਡ ਨਾਈਟ ਐਂਡ ਡਸਕ ਐਂਡ ਡੋਨ ਰੈਫਰ ਟੂ ਫਰੋਮ ਈਵਨਿੰਗ ਟੂ ਮੋਰਨਿੰਗ
ਡੇ ਐਂਡ ਡਾਰਕਨੈਸ ਜਿਹੜਾ ਆ ਉਹ ਡੇ ਐਂਡ ਨਾਈਟ ਦੇ ਨਾਲ ਰੈਫਰ ਕਰਦੇ ਆ, ਠੀਕ ਹੈ, ਦਿਨ ਅਤੇ ਰਾਤ। ਅਤੇ ਡਸਕ ਐਂਡ ਡਾਨ ਕਾਹਦੇ ਨਾਲ ਰੈਫਰ ਕਰਦੇ ਆ, ਈਵਨਿੰਗ ਟੂ ਮੋਰਨਿੰਗ, ਕਿ ਜਿਹੜੀਆਂ ਟ੍ਰੇਨਸ ਆ ਉਹ ਰਾਤ ਦਿਨ, ਠੀਕ ਹੈ। ਅਤੇ ਡਸਕ ਐਂਡ ਡਾਨ ਦਾ ਮਤਲਬ ਕਿ ਸੂਰਜ ਜਦੋਂ ਚੜ੍ਹਦਾ ਅਤੇ ਜਦੋਂ ਛਿਪਦਾ ਉਸ, ਅਤੇ ਈਵਨਿੰਗ ਮਤਲਬ ਜਦੋਂ ਸ਼ਾਮ ਹੁੰਦੀ ਜਾਂ ਸਵੇਰ ਹੁੰਦੀ, ਉਹ ਲਗਾਤਾਰ ਚੱਲਦੀਆਂ ਰਹਿੰਦੀਆਂ, ਠੀਕ ਹੈ। ਲਰਨਿੰਗ ਲੈਂਗੁਏਜ ਕੰਜੰਕਸ਼ਨ, ਹਾਂਜੀ, ਹੁਣ ਕੰਜੰਕਸ਼ਨਸ ਦੇਖੋ। ਕੰਜੰਕਸ਼ਨ ਕੀ ਹੁੰਦੀ ਆ? ਵੀ ਯੂਜ਼ ਕੰਜੰਕਸ਼ਨ ਲਾਈਕ ਐਂਡ ਔਰ ਬਟ ਬਿਕੋਜ਼ ਐਂਡ ਆਲਦੋ ਟੂ ਜੁਆਇਨ ਟੂ ਪਾਰਟਸ ਆਫ ਸੈਂਟੈਂਸਿਸ। ਹਾਂਜੀ, ਹੁਣ ਆਪਾਂ ਜਿਹੜੇ ਵਰਡਸ ਲਿਖੇ ਹੋਏ ਆ, ਹੈ ਨਾ, ਇਹਨਾਂ ਨੂੰ ਆਪਾਂ ਦੋ ਪਾਰਟ ਸੈਂਟੈਂਸਿਸ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਯੂਜ਼ ਕਰਦੇ ਹਾਂ, ਠੀਕ ਹੈ। ਜਿਸ ਤਰ੍ਹਾਂ ਐਂਡ ਲਗਾ ਕੇ, ਔਰ ਜਾਂ ਬਟ ਜਾਂ ਬਿਕੋਜ਼ ਜਾਂ ਫਿਰ ਆਲਦੋ, ਇਹਨਾਂ ਨੂੰ ਆਪਾਂ ਕੰਜੰਕਸ਼ਨਸ ਕਹਿ ਦਿੰਦੇ ਹਾਂ, ਠੀਕ ਹੈ, ਜਿਹੜੇ ਕਿ ਸੈਂਟੈਂਸ ਦੇ ਦੋ ਪਾਰਟ ਨੂੰ ਆਪਸ ਦੇ ਵਿੱਚ ਜੋੜਦੇ ਆ। ਕੰਜੰਕਸ਼ਨ ਕੈਨ ਬੀ ਯੂਜ ਟੂ ਗਿਵ ਮੋਰ ਔਰ ਅਨਐਕਸਪੈਕਟਿਡ ਇਨਫੋਰਮੇਸ਼ਨ, ਰਿਜ਼ਲਟਸ, ਆਪਸ਼ਨਸ ਐਂਡ ਰੀਜ਼ਨ। ਹੁਣ ਆ ਨੀਚੇ ਐਕਟੀਵਿਟੀ 5 ਆ, ਇਹਨਾਂ 'ਚ ਆਪਾਂ ਕੰਜੰਕਸ਼ਨ ਹੀ ਫਿਲ ਕਰਨੀ ਆ। ਕੰਪਲੀਟ ਦਾ ਸੈਂਟੈਂਸਿਸ ਗਿਵਨ ਬਿਲੋ ਵਿਦ ਸੋ ਔਰ ਬਿਕੋਜ਼। ਹਾਂਜੀ, ਹੁਣ ਨੀਚੇ ਵਾਲੇ ਜਿਹੜੇ ਸੈਂਟੈਂਸਿਸ ਦਿੱਤੇ ਆ ਉਹਨਾਂ 'ਚ ਤੁਸੀਂ ਸੋ ਜਾਂ ਬਿਕੋਜ਼, ਇਹ ਦੋ ਜਿਹੜੀਆਂ ਕੰਜੰਕਸ਼ਨਸ ਆ ਇਹ ਫਿਲ ਕਰਨੀਆਂ, ਠੀਕ ਹੈ। ਹਾਂਜੀ, ਕੰਜੰਕਸ਼ਨ ਜਿਹੜੇ ਹੁੰਦੇ ਉਹ ਮੇਨਲੀ ਆਪਾਂ ਨੂੰ ਪੰਜਾਬੀ 'ਚ ਕੀ ਕਹਿ ਦਿੰਦੇ ਆ, ਯੋਜਕ, ਹੈ ਨਾ, ਜੋੜਨਾ। ਹਾਂਜੀ, ਹੁਣ ਸੋ ਦਾ ਮਤਲਬ ਕੀ ਹੁੰਦਾ? ਇਸ ਲਈ, ਹੈ ਨਾ, ਅਤੇ ਬਿਕੋਜ਼ ਕਿਉਂਕਿ। ਹੇਅਰ ਆਰ ਅ ਫਿਊ ਐਗਜ਼ਾਮਪਲਸ, ਕੁਛ ਇਗਜ਼ਾਮਪਲ ਪਹਿਲਾਂ ਦਿੱਤੀਆਂ ਹੋਈਆਂ। ਰੀਡ ਦੈਮ ਬਿਫੋਰ ਯੂ ਡੂ ਦਾ ਐਕਟੀਵਿਟੀ, ਐਕਟੀਵਿਟੀ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਇਹਨੂੰ ਪੜ੍ਹੋ। ਰਾਜਨ ਇਜ਼ ਹੈਪੀ ਬਿਕੋਜ਼ ਹੀ ਹੈਜ਼ ਸਟੂਡ ਫਸਟ ਇਨ ਦਾ ਰੇਸ। ਹਾਂਜੀ, ਰਾਜਨ ਖੁਸ਼ ਆ ਕਿਉਂਕਿ ਉਹ ਰੇਸ ਦੇ ਵਿੱਚੋਂ ਫਸਟ ਆਇਆ। ਇਟ ਵਾਜ਼ ਰੇਨਿੰਗ ਸੋ ਆਈ ਡਿਡ ਨੋਟ ਗੋ ਟੂ ਸਕੂਲ। ਹਾਂਜੀ, ਬਾਰਿਸ਼ ਹੋ ਰਹੀ ਸੀ ਇਸ ਲਈ ਮੈਂ ਸਕੂਲ ਨਹੀਂ ਗਿਆ। ਆਈ ਵੈਂਟ ਟੂ ਦਾ ਸਿਨੇਮਾ ਬਿਕੋਜ਼ ਇਟ ਵਾਜ਼ ਅ ਹੋਲੀਡੇ, ਅਤੇ ਮੈਂ ਸਿਨੇਮਾ ਗਿਆ ਕਿਉਂਕਿ ਛੁੱਟੀ ਸੀ। ਵੀ ਯੂਜ਼ ਬਿਕੋਜ਼ ਫੋਰ ਗਿਵਿੰਗ ਰੀਜ਼ਨ ਐਂਡ ਸੋ ਫੋਰ ਟਾਕਿੰਗ ਅਬਾਊਟ ਰਿਜ਼ਲਟਸ ਔਰ ਪਰਪਜ਼ਿਸ। ਹਾਂਜੀ, ਆਪਾਂ ਬਿਕੋਜ਼ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਚੀਜ਼ ਦਾ ਕਾਰਨ ਦੱਸਣਾ ਹੋਵੇ, ਨਾ, ਵੀ ਆਹ ਕੰਮ ਮੈਂ ਕਿਉਂ ਕੀਤਾ, ਹੈ ਨਾ। ਅਤੇ ਸੋ ਜਦੋਂ ਆਪਾਂ ਕਿਸੇ ਚੀਜ਼ ਦੇ ਰਿਜ਼ਲਟ ਦੱਸੇ ਹੋਣ ਜਾਂ ਕੋਈ ਕੰਮ ਦੱਸਣਾ ਹੋਵੇ, ਹੈ ਨਾ, ਵੀ ਇਸ ਲਈ ਕੀਤਾ। ਹਾਂਜੀ, ਉਹਨਾਂ ਸਾਰੀਆਂ ਫਿਲਿੰਗ ਦਾ ਬਲੈਂਕਸ ਹੈਗੀਆਂ। ਇਹਦੇ 'ਚ ਤੁਸੀਂ ਦੋ ਕੰਜੰਕਸ਼ਨ ਫਿਲ ਕਰਨੀਆਂ, ਕਿਸੇ 'ਚ ਤਾਂ ਆਏਗਾ ਸੋ ਅਤੇ ਕਿਸੇ 'ਚ ਆਉਣਾ ਬਿਕੋਜ਼, ਠੀਕ ਹੈ। ਹੁਣ ਦੇਖੋ, ਨੰਬਰ 1, ਮਾਈ ਡੋਗ ਵਾਜ਼ ਹੰਗਰੀ ਡੈਸ਼ ਇਟ ਸਟੋਲ ਬਿਸਕਿਟ ਫਰੋਮ ਦਾ ਸ਼ੈਲਫ। ਹਾਂਜੀ, ਮੇਰਾ ਡੋਗ ਜਿਹੜਾ ਸੀ ਉਹ ਭੁੱਖਾ ਸੀ, ਠੀਕ ਹੈ, ਇਸ ਲਈ ਉਹਨੇ ਕੀ ਕੀਤਾ, ਬਿਸਕਿਟ ਸ਼ੈਲਫ ਦੇ ਵਿੱਚੋਂ ਚੁਰਾ ਲਏ। ਹਾਂਜੀ, ਸੋ ਇੱਥੇ ਕੀ ਆਏਗਾ, ਸੋ। ਨੰਬਰ 2, ਆਈ ਐਮ ਫੀਲਿੰਗ ਸਲੀਪੀ ਡੈਸ਼ ਆਈ ਐਮ ਵੈਰੀ ਟਾਇਰਡ, ਮੈਨੂੰ ਨੀਂਦ ਆ ਰਹੀ ਆ ਕਿਉਂਕਿ ਮੈਂ ਥੱਕ ਗਿਆ ਹਾਂ। ਇੱਥੇ ਕੀ ਆਏਗਾ, ਨੰਬਰ 2 'ਚ ਬਿਕੋਜ਼। ਨੰਬਰ 3, ਬਬਲੀ ਬੋਟ ਨਿਊ ਕਲੋਥਸ ਡੈਸ਼ ਸ਼ੀ ਵਾਂਟਡ ਟੂ ਵੀਅਰ ਦੈਮ ਔਨ ਦੀਵਾਲੀ। ਹਾਂਜੀ, ਬਬਲੀ ਨੇ ਨਵੇਂ ਕੱਪੜੇ ਖਰੀਦੇ ਕਿਉਂਕਿ ਉਹ ਦੀਵਾਲੀ 'ਤੇ ਉਹਨਾਂ ਨੂੰ ਪਹਿਨਣਾ ਚਾਹੁੰਦੀ ਹੈ। ਸੋ ਇੱਥੇ ਕੀ ਆਏਗਾ, ਬਿਕੋਜ਼। ਨੰਬਰ 4, ਇਟ ਵਾਜ ਰੇਨਿੰਗ ਡੈਸ਼ ਮਾਈ ਬੁੱਕਸ ਗੋਟ ਵੈਟ। ਹਾਂਜੀ, ਬਾਰਿਸ਼ ਹੋ ਰਹੀ ਸੀ ਇਸ ਲਈ ਮੇਰੀਆਂ ਬੁੱਕਸ ਗਿੱਲੀਆਂ ਹੋ ਗਈਆਂ। ਠੀਕ ਹੈ, ਕੀ ਆਏਗਾ ਇੱਥੇ, ਸੋ। ਨੰਬਰ 5, ਹੀ ਡਿਡ ਨੋਟ ਸਟੱਡੀ ਹਾਰਡ ਡੈਸ਼ ਹੀ ਫੇਲਡ ਦਾ ਟੈਸਟ। ਠੀਕ ਹੈ, ਕਿ ਉਹਨੇ ਜ਼ਿਆਦਾ ਮਿਹਨਤ ਨਹੀਂ ਕੀਤੀ, ਉਸਨੇ ਜ਼ਿਆਦਾ ਮਿਹਨਤ ਨਹੀਂ ਕੀਤੀ ਇਸ ਲਈ ਉਹ ਟੈਸਟ ਵਿੱਚੋਂ ਫੇਲ ਹੋ ਗਿਆ। ਅਤੇ ਇੱਥੇ ਕੀ ਆਉਣਾ, ਸੋ। ਹਾਂਜੀ, ਨੈਕਸਟ ਇਜ਼ ਨੰਬਰ 6, ਆਈ ਆਸਕਡ ਫੋਰ ਡਾਇਰੈਕਸ਼ਨ ਡੈਸ਼ ਆਈ ਵਾਜ਼ ਲੋਸਟ। ਹਾਂਜੀ, ਮੈਂ ਡਾਇਰੈਕਸ਼ਨ ਬਾਰੇ ਪੁੱਛਿਆ ਵੀ ਕਿਸ ਸਾਈਡ ਨੂੰ ਜਾਣਾ, ਉਹਦੇ ਬਾਰੇ ਪੁੱਛਿਆ ਕਿਉਂਕਿ ਮੈਂ ਗੁੰਮ ਹੋ ਗਿਆ ਸੀ, ਹੈ ਨਾ, ਬਿਕੋਜ਼ ਆਈ ਵਾਜ਼ ਲੋਸਟ। ਨੰਬਰ 7, ਆਈ ਡਿਡ ਨੋਟ ਕਲੀਨ ਦਾ ਰੂਮ ਡੈਸ਼ ਇਟ ਬਿਕੇਮ ਡਰਟੀ, ਅਤੇ ਮੈਂ ਰੂਮ ਨੂੰ ਸਾਫ਼ ਨਹੀਂ ਕੀਤਾ ਇਸ ਲਈ ਇਹ ਗੰਦਾ ਹੋ ਗਿਆ, ਸੋ ਇਟ ਬਿਕੇਮ ਡਰਟੀ। ਨੰਬਰ 8, ਆਈ ਮੈਟ ਵਿਦ ਐਨ ਐਕਸੀਡੈਂਟ ਡੈਸ਼ ਆਈ ਵਾਜ਼ ਡਰਾਈਵਿੰਗ ਫਾਸਟ। ਠੀਕ ਹੈ, ਕਿ ਮੇਰਾ ਐਕਸੀਡੈਂਟ ਹੋ ਗਿਆ ਕਿਉਂਕਿ ਮੈਂ ਬਹੁਤ ਤੇਜ਼ ਡਰਾਈਵ ਕਰ ਰਿਹਾ ਸੀ।
ठीक है, इहदे च की आएगा बिकॉज। नंबर 9, दीपा वेंट टू द डॉक्टर डैश शी वॉज फीलिंग सिक। हाँ जी, दीपा डॉक्टर दे कोल गई क्योंकि वह बीमार सी, बिकॉज। नंबर 10, मोहन डिड नॉट हैल्प सोहन डैश ही वॉज नॉट वैल। मोहन ने सोहन की हैल्प नहीं की क्योंकि वह ठीक नहीं सी, है ना। सो इतने की आएगा बिकॉज, बिकॉज ही वॉज नॉट वैल। हाँ जी, नैक्सट इज एक्टिविटी 6, कंबाइन द सेंटेंसिज गिवन बिलो यूजिंग ऑल दो एंड येट। हाँ जी, हूँ नीचे जोड़े सेंटेंसिज दिते हुए इस एक्टिविटी तुम ऑल दो या येट ये दो वर्ड्स यूज करने हैं, ठीक है, तो उन्होंने जोड़ना। राइट दैम इन योर नोटबुक, तो उन्होंने अपनी नोटबुक च लिखना। हियर आर अ फ्यू एग्जाम्पल्स, कुछ एग्जाम्पल्स पहले दिखाई हुई हैं। रीड दैम बिफोर यू डू द एक्टिविटी, तो एक्टिविटी करन तो पहला तुसी इनू रीड कर लो। जे तुसी एग्जाम्पल ठीक तरह ध्यान नाल पढ़ लोगे तो तुसी अपने आप एक्टिविटीज जिहड़ियां सॉल्व भी कर सकते हैं, ठीक है। हाँ जी, नंबर 1, राजन डिड नॉट विन द रेस, राजन वॉज हैप्पी। ठीक है, राजन रेस नहीं जितया, राजन खुश सी। हाँ जी, हुण ऑल दो दा मतलब की हुंदा, भावें, है ना। ऑल दो का मतलब की हुंदा, भावें, है ना, पंजाबी च। तो येट का मतलब की हुंदा, फिर भी। डिड नॉट विन द रेस येट ही वॉज हैप्पी, ठीक है, कि भावें राजन रेस नहीं जितया फिर भी वह खुश सी। नंबर 2, इट वॉज रेनिंग आई वेंट टू स्कूल, मैं बारिश हो रही सी मैं स्कूल गया। ऑल दो इट वॉज रेनिंग, भावें बारिश हो रही सी, येट आई वेंट टू स्कूल, फिर भी मैं स्कूल गया। नंबर 3, इट वॉज अ हॉलीडे आई डिड नॉट गो टू द सिनेमा। ऑल दो इट वॉज अ हॉलीडे, भावें छुट्टी सी, येट आई डिड नॉट गो टू द सिनेमा, फिर भी मैं सिनेमा नहीं गया। We use although and yet in the same sentence for unexpected or different information. हाँ जी, हुण तुहानू ये प्रैक्टिस दे लई दित्ती हुई है, एक्टिविटी दित्ती हुई है, तुसी खुद करनी है। नंबर 1, बहुत ईजी हैगी है, मोस्टली सारियां दे जदों भी सेंटेंस स्टार्ट होएगा तो स्टार्टिंग च की आ जाना although, although my dog was hungry, ठीक है, कि भावें मेरा कुत्ता हंगरी सी, भुखा सी, येट इट डिड नॉट ईट बिस्किट। फुल स्टॉप हटा के की लगा देना, कॉमा, ठीक है, कॉमा तो बाद येट, येट इट डिड नॉट ईट बिस्किट। इसी तरह सारे दे सारे सेंटेंसेस ही करने हैं। एक होर देख लो, नंबर 2, सब तो पहला तुसी की लगा देना although ही इज वेरी स्लीपी, फिर कॉमा, येट ही इज वॉचिंग अ मूवी, ठीक है, कि भावें उन्हें नींद आ रही है फिर भी वह मूवी देख रहा, ठीक है। इस तरीके सारे एक्सरसाइज यदी जी है ये करनी है, ठीक है। बस इन्ना ध्यान रखना कि ऑलदो जो स्टार्टिंग ते लगा देना, उस तो बाद जो लैटर आ उन्हें स्मॉल हो जाना, ठीक है, ओके। तो जो फुल स्टॉप है पिछे, ठीक है, उन्हें तुम कॉमा बना देना, उसकी जगह कॉमा लगा दो, तो उस तो बाद की लगा देना येट। तो इस तरीके दे नाल सारे दे सारे सेंटेंसेस कर लेने हैं तुसी, ठीक है, बहुत ईजी है भी। नैक्सट एक्टिविटी, लर्निंग टू लिसन, एक्टिविटी 7, लिसन टू द टीचर रीसाइट द फॉलोइंग पोएम एंड रिपीट आफ्टर हर। हाँ जी, हुण ये सिर्फ एक स्पीकिंग एक्टिविटी हैगी है, तुसी सिर्फ सुननी है, ठीक है, तो टीचर ने बोलना अगे अगे तो तुसी उस तो पिछे पिछे बोलना है। Clouds, ठीक है, white sheep on a blue hill, when the wind stops, you all stand still, when the wind blows, you walk away slow, white sheep, where do you go? Learning to speak, activity 8, speak the following pairs aloud, हाँ जी, इन्हों भी तुझे जरूर बोल के देखना। Number 1, male, fail, डॉम, लॉन, प्लेन्स, ट्रेन्स, ठीक है। एक्टिविटी 9, पेयर वर्क, डिस्कस विद योर पार्टनर अबाउट हाउ यू वुड लाइक टू ट्रैवल। अपने पार्टनर के नाल डिस्कस करो कि तुहानू किस तरह का सफ़र करना बढ़िया लगता,
यू कैन डिस्कस द फॉलोइंग क्वेश्चन विद ईच अदर, तो तुसी एक दूसरे तो क्वेश्चन नीचे वाले जड़े वो पूछने आ। नंबर वन, डू यू लाइक टू ट्रैवल बाय ट्रेन, शिप और प्लेन? कि तुहानू ट्रेन दे विच सफ़र करना वधिया लगता कि शिप दे विच या फिर प्लेन च? हाउ वुड यू लाइक टू ट्रैवल इफ यू हैव टू गो फ्रॉम पंजाब टू मुंबई, वाई? जेकर तुसी पंजाब तो मुंबई सफ़र करना होवे तां तुसी किस चीज़ च सफ़र करोगे ते क्यों? इफ यू डिसाइड टू गो बाय ट्रेन, वट वुड यू लाइक टू टेक विद यू? तो जेकर तुसी ट्रेन दे विच जाना डिसाइड किया है तो फिर तुसी नाल केड़ियां केड़ियां चीज़ां लैके जाओगे? सो ये क्वेश्चन तुसी एक दूसरे दे नाल डिस्कस करने हैं, ठीक है? हाँ जी, नैक्सट आ गई एक्टिविटी 10, पैराग्राफ राइटिंग। अ पैराग्राफ इज़ अ शोर डिस्क्रिप्शन ऑफ अ पॉइंट, इट्स लेंथ इज़ अबाउट 100 वर्ड्स। राइटिंग अ पैराग्राफ इज़ एन आर्ट। द फर्स्ट सेंटेंस शुड इंट्रोड्यूस द टॉपिक इन अबाउट 10 टू 15 वर्ड्स एंड द लास्ट सेंटेंस शुड कंक्लूड इट इन 10 टू 15 वर्ड्स। रेस्ट 70-80 वर्ड्स मस्ट डिस्क्राइब द मेन टॉपिक और आइडिया। हाँ जी, इतने हम तुम पैराग्राफ राइटिंग लिखनी है, ठीक है? लेंथ यदि अबाउट 100 वर्ड्स के विच ही होवे, ठीक है? सब तो पहला तुसी जिहदे बारे पैराग्राफ लिखना है उहदे इंट्रोडक्शन देनी है, ठीक है? उस तो बाद बाकी सारिया चीज़ां डिस्क्राइब करनी है, ठीक है? हाँ जी, हुण तुसी राइट अ पैराग्राफ ऑन अ जर्नी बाय बस। हाँ जी, हुण तुसी जर्नी बाय बस पैराग्राफ लिखना, ठीक है? इट वॉज समर सीजन एंड आई वॉज ट्रैवलिंग टू माई विलेज। गर्मियां दी रुत सी ते मैं अपने पिंड दी यात्रा ते जा रहा सी या पिंड दे सफर ते जा रहा सी। इट वॉज़ माई फर्स्ट एक्सपीरियंस टू ट्रैवल बाय अ बस अलोन। ते यह मेरा पहला तजुर्बा सी जदों मैं कल्ले ने बस दे विच सफ़र करना सी। आई वॉज़ वेरी एक्साइटेड फॉर द जर्नी। ते मैनूं इस सफ़र दा बहुत उत्साह सी। आई बोर्डड द बस एंड द कंडक्टर ऑफ द बस गेव मी माई टिकट आफ्टर आई पेड हिम। ते मैं बस दे विच सवार होया ते बस के कंडक्टर ने मैनू टिकट दे दिती ते मैं उन्हूं पैसे देते। सून द बस स्टार्टड टू मूव। छेती ही बस चल पी। माई हैप्पीनैस न्यू नो बाउंड्स। ते मेरी खुशी का कोई ठिकाणा नहीं सी। द हम्स ऑन द वे वॉज एज इफ लाइक ट्रैवलिंग ऑन अ रोलर कोस्टर। ते जो जा रहे सी असी बस च इदा लगता सी जिस तरह मैं रोलर कोस्टर के बैठा होवा। रोलर कोस्टर हुंदा जो आप कितने घूमन जाने अम्यूजमेंट पार्क वगैरह च झूटे लैने उ एक ट्रेन की तरह हुंदा ना बनिया झूला जिहदे विच आपां बैठ के वो फास्ट चलता हुंदा ना, उस तरह उन्हूं आपां रोलर कोस्टर कह दिंदे आ कि जिस तरह मैं रोलर कोस्टर दे विच बैठा हुआ। द बस यूज टू स्टॉप एट सम पर्टिकुलर स्टॉप्स एंड सम पीपल यूज टू कम इन टू द बस एंड सैल देयर स्टॉप। तो बस जिहड़ी सी वह किसी किसी स्टॉपेज ते रुकी ते कुछ लोग जिहड़े सी वह बस दे विच अंदर आउंदे ते अपनियां जिहड़ियां चीज़ां हुंदियां सी वह बेचदे। आई बोट अ कुल्फी एज आई फैल्ट अ बिट हॉट। तो मैं भी एक कुल्फी खरीदी क्योंकि मैनू भी गर्मी लग रही थी। इट्स टेस्ट वॉज ऑसम। तो यदा टेस्ट बहुत बढ़िया सी। टू माई सरप्राइज इट स्टार्टेड टू ड्रिजल। तो मैनू हैरानी हुई कि जदों बूंदाबांदी शुरू हो गई। आई कुड फील द कूल वॉटर ड्रॉपलेट्स टच माई फेस। तो मैनू महसूस होया जिस तरह मेरे फेस के उत्ते ठंडिया ठंडिया जड़िया बूंदा आ वो पै रही हो पानी दिया। इट ट्रूली वॉज रिफ्रैशिंग। तो ये ना मैं ताजगी महसूस हुई। ऑन द वे वन ऑफ द टायर ऑफ द बस गॉट फ्लैटेंड। तो जो असी जा रहे थे तो बस का एक टायर जड़ा सी उदे विचों हवा घट गई, ठीक है? आई गॉट ऑफ द बस एंड एट अ यमी मील एट अ ढाबा नियर बाय अंटिल द बस वॉज रिपेयर। तो मैं बस चो निकलिया तो उत्थे ढाबे ते ही खाना खाधा जो तक बस की रिपेयर हुई। आफ्टर टू आवर्स आई रीच्ड माई डेस्टिनेशन। तो दो घंटे बाद मैं अपनी मंजिल पर पहुँच गया। इट ट्रूली वॉज अ वंडरफुल जर्नी। तो यह सचमुच एक बड़ी शानदार जर्नी सी, सफ़र सी, ठीक है? ये भी तुसी नोट कर लो पैराग्राफ। एंड इफ यू लाइक माई वीडियो लैसन दैन प्लीज शेयर विद योर फ्रेंड्स एंड यू मस्ट सबसक्राइब द चैनल एंड प्रेस बैल आइकन टू गैट मोर नोटिफिकेशन of the coming videos. Thank you so much, students. Have a nice day.